ਮਿੱਟੇ ਵਗੈਰਾ ਬੰਦਾ ਸਾਰੀ ਰੂੜੀ ਪੋਲ ਕੇ ਕਹਿ ਰਿਹਾ ਹੁੰਦਾ ਇੱਥੇ ਪਹਿਲੇ ਵੀ ਕੋਈ ਹੋ ਗਿਆ ਅਬਾਸ ਨੇ ਵੀ ਖੋਤਾ ਲਿਆਂਦਾ ਤੇ ਇੱਕ ਬੰਦਾ ਕਹਿੰਦਾ ਕਿੰਨੇ ਦਾ ਲਿਆ ਕਹਿੰਦਾ ਇਹ ਆਪ ਰੈਕ ਸਿਟੀਆਂ ਬਣਵਾਇਆ ਅੱਛੀਆਂ ਚੀਜ਼ਾਂ ਪਵਾ ਇਹ ਵੀ ਖੁਸਰਾ ਸੀ ਤੇ ਬੈਂਕ ਚ ਲੱਗ ਗਿਆ ਮੈਂ ਕਿਹਾ ਅੱਜ ਕੱਲ੍ਹ ਕਿੱਥੇ ਨਾ ਕਹਿੰਦੇ ਹਬੀਬ ਨਾ ਖੁਸਰਾ ਸੀ ਤੇ ਬੈਂਕ ਚੇਂਜ ਹੋ ਗਿਆ ਤੇ ਉਹਨਾਂ ਨੂੰ ਕਹਿਣ ਦਿਆ ਹੁਣ ਮੈਂ ਅਲਫਲਾਹ ਵਾਲਿਆਂ ਦੀ ਚੇਲੀ ਹਾਂ अस्सलाम वालेकुम नाज़रीन, मैं फरीद सावरी और मेरे नाल मौजूद इस टाइम जुगत बाजां दा पूरा जम्मे गफीर और जुगतां होण गईआं वड्डियां छोटियां बल्कि दरमियानियां। नाज़रीन मेरे नाल कालू खां, मुदस्सर बादशाह, मिठा बादशाह, अब्बास भाई, दानिश भाई, इमली भाई, इन सब के लिए एक क्लैप। गल इन्नी है कि हासे खेडे मुदस्सर साहब वंडने चाहिए, ठीक है ना? तुसी ते कदी चौल पकाओ महल्ले च नहीं वंडे है, हासे खेडे वो जरूरी है। देखो किन्नी टेंशन दे विच, तैनू पता वा तेरे उखाला पुटिया सी, उहदे तों बाद किन्नियां टेंशन, ठीक है? वह मुंडा तुहाडा जिहड़ा खाले च डिग पिया, उहदे तों बाद उस तों गां टेंशन वधदियां गईआं, इसलिए ना टेंशन दे दौर च मकान ते ना ठेकेदार ने आप लैंडर वाले दिन देख पका के वंडी। अच्छा जी, ये मेरा हक वा, इत्तदा करदा जी जुगत दा बहुत अच्छा इब्तिदा की है अब्बास भाई ने, थोड़ा सलमान भाई दे जिहड़े अंजले हाथ आउंदे ने ना, मिठा खोता लाया, मिठा खोता लाया, जिहड़ा फ्रिज दे सप्लाई नहीं मिलदा ओह भी लै के आ जुड़ा तेरा कद ना कि मुछा रख लवे ना भाई, चिड़िया घर बड़े ही वरदे उन्होंने कहते दुध ते गर्म करो खोता पंप ते लान जांदे यार, तुम्हें देखता से 6 महीने तो डॉग खाई जा रहे, ठीक है? 6 महीने तो डॉग खाई जा रहे, मैनू उदो पता लगा जब मेरे मोटरसाइकिल मगर दौड़े डॉग खाई जा रहे। यार अब्बास भाई इंग्लैंड चले गया नहीं रहा गया, उत्थे जुगत करन दिल कर पिया, अंग्रेज नूं इक सामने आया तो उन्होंने कहंदे डेथ व्हाट इज योर फेस, मरे कि असा मुंह चुका डेथ डेथ नहीं मरे डेथ। मुदस्सर भी कोता लाया तो सारे महल्ले वाले कहंदे लो जी एक जी होर वध गया ए कोता लैण गया मुदस्सर, अच्छा ते व्यापारी नूं कहंदा कहंदा कुछ ज़हीन जिहा दई छोटिया बड़िया लत्तां अगलिया लत्तां ही है नहीं अद्धिया, मैं ਕਹਿੰਦਾ ਮੈਂ ਵਿਲਿੰਗ ਵਾਸਤੇ ਲਿਆ। ਅਬਾਸ ਵੀ ਖੋਤਾ ਲੈ ਕੇ ਆਇਆ ਤੇ ਸਵੇਰੇ ਸਵੇਰੇ ਆਪਣੇ ਭਰਾ ਨੂੰ ਕਹਿੰਦਾ ਇਹਨੂੰ ਤੂੰ ਸੁਕਾਣਾ ਯਾਰ, ਉਹ ਜਾ ਅਬਾਸ ਖੋਤਾ ਲੈ ਆਇਆ ਤੇ ਲੋਕਾਂ ਨੂੰ ਕਹਿਣ ਡਿਆ ਦੂਜੇ ਦਿਨ ਕਰਨਾ ਖੋਤਾ ਲੈ ਆਇਆ ਤੇ ਰੋਲਾ ਪਾਇਆ, ਕਹਿੰਦਾ ਮੈਂ ਹੁਣ ਦੇਖਦਾ ਸਾਨੂੰ ਕੌਣ ਬੇਵਕੂਫ ਸਮਝਦਾ। ਅੱਛਾ ਖੋਤਾ ਲੈ ਆਇਆ ਵਾ ਤੇ ਆਪਣੇ ਭਰਾ ਨੂੰ ਸੱਦ ਕੇ ਕਹਿੰਦਾ ਜਾ ਉੱਥੋਂ 200 ਦੀਆਂ ਫਿਉਣੀਆਂ ਲਿਆ। ਖੋਤਾ ਲੈ ਆਇਆ ਭਾਈ ਉਹਨੂੰ ਇੰਨਾ ਤਿਆਰ ਕੀਤਾ ਉਹ ਭੱਜ ਗਿਆ, उत्ते लिखाना शैंपी दी दड्डी यार बस खोता लैके आया तो ना छणकना भी लैके आया, छणकने ते मशूक दी फोटो लाई यार, मिठे ने खोता रेडी बना ली ते इहनू बड़ा घाटा पिया।
ਹਰ ਵਾਰੀ ਖੋਤਾ ਦੜਾਣ ਲਈ ਨਵੀਂ 1.5 ਲੀਟਰ ਦੀ ਬੋਤਲ ਪੀ ਕੇ ਵਿੱਚ ਵੱਟੇ ਪਾ ਕੇ ਅਬਾਸ ਨੇ ਵੀ ਖੋਤਾ ਲੈ ਆਂਦਾ ਤੇ ਇੱਕ ਬੰਦਾ ਕਹਿੰਦਾ ਕਿੰਨੇ ਦਾ ਲਿਆ ਕਹਿੰਦਾ ਇਹ ਆਪ ਰਿਐਕਸ ਟੀਓ ਬਣਵਾਇਆ ਅੱਛੀਆਂ ਚੀਜ਼ਾਂ ਪਵਾ ਜੇਬਾਂ ਵੇਲੀਆਂ ਕਰਾਤੀਆਂ ਫਲੈਸ ਲੈ ਕੇ ਪੂਰੇ ਮੁਹੱਲੇ ਚ ਫਿਰਨ ਦਿਆ ਬਾਸ ਭਾਈ ਖੋਤਾ ਲੈ ਕੇ ਆਇਆ ਤੇ ਉਹਦੇ ਨਾਲ ਇੱਕ ਬੁੱਕ ਵੀ ਮਿਲੀ ਉਹਦੇ ਵਾਸਤੇ ਬੰਦਾ ਲੱਭਦਾ ਫਿਰ ਪੜ੍ਹਾਉਣ ਵਾਸਤੇ ਉਹਦੇ ਫੰਕਸ਼ਨ ਯੂਜ਼ਰ ਮੈਨੂਅਲ ਖੋਤਾ ਲੈ ਗਿਆ ਉਹਨੂੰ ਮੋਟਰਸਾਈਕਲ ਵਾਲੇ ਲੈਮੀਨੇਸ਼ਨ ਕਰਾਉਣ ਦਿਆ ਉਹ ਵਨ ਟੂ ਖੋਤੇ ਨਾਲ ਇੰਨਾ ਪਿਆਰ ਪੈ ਗਿਆ ਖੋਤੇ ਦਾ ਨਾਂ ਰੱਖਿਆ ਜੌਨ ਖੋਤਾ ਅੱਛਾ ਖੋਤਾ ਲੈ ਤੇ ਤਬੀਅਤ ਬਾਦਸ਼ਾਹ ਨਾਲ ਬਾਦਸ਼ਾਹ ਵਾਲੀ ਹੋਈ ਪਈ ਕੁੱਲਾ ਪਾ ਕੇ ਨਾ ਤਲਵਾਰਾਂ ਇੰਜ ਕਰਕੇ ਆ ਰਹੇ ਕਾਲੂ ਵੀ ਭਾਈ ਖੋਤਾ ਲੈ ਆਇਆ ਬੁੱਢੇ ਨੂੰ ਇੰਨਾ ਕੁੱਟਦੇ ਸੀ ਖੋਤਾ ਵੀ ਉਹਨੂੰ ਟੁੱਡਾ ਮਾਰਨ ਦੇ ਖੋਤਾ ਲਿਆਂਦਾ ਸਾਰੇ ਮੁਹੱਲਿਆਂ ਨੇ ਆਪਣੇ ਗੱਡੀਆਂ ਸਜਾਈਆਂ ਖੋਤਾ ਸਜਾਈ ਫਿਰੇ ਖੋਤਾ ਲਿਆਂਦਾ ਘਰੋਂ ਖੋਤਾ ਕੱਢਿਆ ਖੋਤਾ ਚੁੱਕਿਆ ਹੈਗਾ ਕਹਿੰਦਾ ਲੱਗਦਾ ਕਿਸੇ ਕਲੱਚ ਛੱਡਤਾ ਖੋਤੇ ਨੇ ਦੇਦੇ ਪਿਓ ਨੂੰ ਦਲੱਤੀ ਮਾਰੀ ਕਹਿੰਦਾ ਰੂਗੀ ਸਲੋਮੋ ਬਣਾ ਲਵਾਂ ਮੈਂ ਖੋਤੇ ਦੇ ਝਾੜੀਆਂ ਰਾਹ ਕਹਿੰਦਾ ਮੈਂ 12 ਫਿੰਗਾ ਫੜਿਆ ਲੈ ਖੋਤਾ ਲੈ ਕੇ ਖੋਤੇ ਨੇ ਇਹਦੇ ਅੱਬੇ ਦੇ ਏਡੀ ਜ਼ੋਰ ਕੇ ਗਲਤੀ ਮਾਰੀ ਤੇ ਦਾਬਾ ਉੱਠ ਕੇ ਕਹਿੰਦਾ ਨੈਕਸਟ ਨਾ ਕਰੀ ਯਾਰ ਲੈਵੀ ਨੈਕਸਟ ਨਾ ਕਰੀ ਮਿੱਠੇ ਨੇ ਵੀ ਭਾਈ ਖੋਤਾ ਲੈਂਦਾ ਇਹਦੇ ਬੁੱਢੇ ਨੂੰ ਮੁਹੱਲੇ ਵਾਲੇ ਕਹਿੰਦੇ ਅੱਗੇ ਕਿਹੜਾ ਤੇਰੇ ਮੁੰਡੇ ਸ਼ੇਰ ਖੋਤੇ ਨੂੰ ਅਲਮੈਦਾ ਵਾਲਾ ਮੈਨਿਊ ਦਿਖਾਉਣ ਦਿਆ ਮਰੇ ਉਹਨੂੰ ਫਟ ਅਲਮੈਦਾ ਲਾ ਯਾਨੀ ਉਹ ਹਾਂ ਉਹਨੂੰ ਬਰਗਰ ਵਗੈਰਾ ਉਹਨੇ ਖੋਤਾ ਰੱਖਿਆ ਉਹ ਤੇ ਉਹਨੂੰ ਬਰ ਬਰ ਕਰਕੇ ਖੱਟਾ ਪਿਆ ਆਉਂਦੇ ਯਾਰ ਬਾਸ ਹੁਣ ਏਡਾ ਮਾੜਾ ਖੋਤਾ ਲੈ ਕੇ ਆਉਂਦਾ ਤੇ ਖੋਤੇ ਨੂੰ ਸਮਝਾਉਣਾ ਕਹਿੰਦਾ ਦਿਲ ਲਾ ਕੇ ਕੰਮ ਕਰੀ ਖੋਤਾ ਕੋਈ ਕਹਿੰਦਾ ਤੁਸੀਂ ਬੜਾ ਕਿਤੇ ਪੀਜਾ ਪਾ ਦੇਣਾ ਵੱਡੇ ਘੋੜੇ ਖੁਤਰੇ ਨੂੰ ਫੋਨ ਕਰਦਾ ਚੱਕਰ ਨੇ ਦਿਆ ਖੋਤੇ ਨੂੰ ਕਹਿੰਦਾ ਵੇਖ ਲਾ ਜਾਤੀ ਨੀ ਇਹਨਾਂ ਨੇ ਘਰ ਕਸਟਰਡ ਪਕਾ ਲਿਆ ਇੰਨੇ ਸਟੇਟਸ ਲਾਏ ਇਹਨਾਂ ਪੂਰੇ ਟੱਬਰ ਨੇ ਇੰਨੇ ਸਟੇਟਸ ਲਾਏ ਉਹ ਬੋਸ ਗਿਆ ਇਹਨੂੰ ਕਿਸੇ ਨੇ ਦੱਸਿਆ ਮਹਿਕ ਮਲਕ ਨੇ ਇੱਕ ਪ੍ਰੋਗਰਾਮ ਦਾ 50 ਲੱਖ ਲੈਂਦਾ ਤੇ ਦੁਆਵਾਂ ਕਰੀ ਜਾਵੇ ਏਦਾਂ ਦਾ ਪੁੱਤਰ ਦੇ ਸੋਹਣਾ ਸੂਟ ਪਾਇਆ ਹੋਵੇ ਨਾ ਸੋਹਣਾ ਵਿਆਹ ਸ਼ਾਦੀ ਤੇ ਤਿਆਰ ਸ਼ਿਆਰ ਹੋਵੇ ਫਿਰ ਆ ਕੇ ਨਿੱਕੀ ਜੀ ਗੱਲ ਕਰਦਾ ਔਰ ਨਾਈ ਕਹਿੰਦੇ ਅਦਰਕ ਘਟ ਗਿਆ ਭਾਈ ਮਿੱਠੇ ਵਗੈਰਾ ਬੰਦਾ ਸਾਰੀ ਰੂੜੀ ਫੋਲ ਕੇ ਕਹਿ ਦਿਆ ਹੁੰਦਾ ਇੱਥੇ ਪਹਿਲੇ ਵੀ ਕੋਈ ਹੋ ਗਿਆ ਅਬਾਸ ਦੇ ਪਿਆ ਕਿਹਾ ਮੇਰੀ ਅੱਖ ਚ ਮੋਤੀ ਆ ਕਹਿੰਦਾ ਨਾਲ ਚਿੱਟੀ ਸ਼ਲਵਾਰ ਕਰਾ ਦਾ ਮੁਦੱਸਰ ਨੂੰ ਭਾਈ ਖੋਤੇ ਨੇ ਲੱਤ ਮਾਰੀ ਤੇ ਉਹਨੂੰ ਕਹਿੰਦੇ ਉਹੀ ਫਿਰ ਖੋਤੇ ਵਾਲੀ ਇਹਨਾਂ ਨੇ ਖੋਤਾ ਲਿਆਂਦਾ ਤਾਂ ਆਪਾਂ ਕਹਿੰਦਾ ਖੋਤੇ ਨੂੰ ਪਾਣੀ ਪਾ ਦੇ ਕਹਿੰਦਾ ਮੇਰੇ ਬੁੱਲ ਦੁਖਦੇ ਆ ਕਹਿੰਦਾ ਖੋਤੇ ਨੂੰ ਪਾਣੀ ਪਾਉਣਾ ਤੇ ਬੁੱਲਾਂ ਦਾ ਗੀਤ ਲੈ ਕਹਿੰਦਾ ਐ ਨਾ ਕਿ ਬਰਰ ਨਹੀਂ ਕਹਿੰਦਾ ਅਸਲ ਮੇ ਨਾਦੀਨ ਯੇ ਜੋ ਜੁਗਤ ਯੇ ਜੋ ਬਾਕੀ ਮੁਦੱਸਰ ਭਾਈ ਨੇ ਮੇਰਾ ਮੁਦੱਸਰ ਕਾ ਜੋ ਪਹਿਲਾ ਹਮਨੇ ਸ਼ੋ ਕੀ ਅਸੀਂ ਸਭ ਤੋਂ ਪਹਿਲਾ ਸ਼ੋ ਜਿਹੜਾ ਕੀਤਾ ਸੀ ਨਾ ਉਸਤਾਦ ਜੀ ਨਾਲ ਉਹਦੇ ਵਿੱਚ ਬੜੀ ਹਾਈਲਾਈਟਿਡ ਜੁਗਤ ਸੀ ਮੁਦੱਸਰ ਭਾਈ ਲਈ ਕਲੈਪ ਯਾਰ ਬਹੁਤ
ਇਹਨੇ ਖੋਤੇ ਨੂੰ ਲਿਆਂਦਾ ਤੇ ਉਹਦੇ ਇੱਥੋਂ ਲਹੂ ਵਗੀ ਜਾਵੇ। ਮੈਂ ਕਿਹਾ ਇਹ ਕੀ ਕੀਤਾ ਜੀ? ਕਹਿੰਦਾ ਯਾਰ ਬਸ ਨੰਬਰ ਪਲੇਟ ਲਾਉਣ ਡਿਆ ਸੀ, ਕਿਲ ਠੋਕ ਉਹ ਲਾਂਤੀ ਆ। ਇਹਨੇ ਖੋਤੇ ਨੂੰ ਜੋਕਰ ਮਾਇਆ, ਇਹਨੇ ਬੂਟ ਕਰਕੇ ਸਾਰਾ ਖਿਲਾਰਤਾ ਤੇ ਇਕੱਠਾ ਕਰਕੇ ਖਾਣ ਦਿਆ। ਕਹਿੰਦਾ ਯਾਰ ਰਿਜ਼ਕ ਆ। ਖੋਤੇ ਨੇ ਲੱਤੀ ਮਾਰੀ ਤੇ ਅੱਬੇ ਨੂੰ ਕਹਿੰਦੇ ਹੋਰ ਹੋ ਫਰੀ ਹੈ ਯਾਰ। ਇਮਲੀ ਦੇ ਇੰਨੀਆਂ ਜੂਆਂ ਪੈਣੀਆਂ ਨਾ, ਇੰਨੀਆਂ ਜੂਆਂ ਪੈਣੀਆਂ, ਹਰ 5 ਮਿੰਟ ਬਾਅਦ ਕਹਿੰਦਾ ਮੇਰੀ ਅੱਖ ਚ ਦੇਖੀ ਜੂ। ਸੋਹਣਾ ਪੈਂਟ ਕੋਟ ਪਾਇਆ ਹੋਇਆ, ਸੋਹਣੀ ਜੁੱਤੀ ਪਾਈ ਹੋਈ, ਫਿਰ ਨਾਨਾ ਕਹਿਣ ਦਿਆ ਮੇਰਾ ਥੁੱਕ ਨਾਲ ਵਿਹਲਾ ਕਰਦੀ ਬਈ, ਸੋਹਣਾ ਝਾੜ ਕੇ ਨਾਨਾ ਕਹਿ ਦਿੰਦਾ ਮਿਠਾਈ ਆਪਣਾ ਦੱਸਿਆ ਸਾਹਿਬ ਕਹਿ ਦਿੰਦਾ ਚਲ ਮੇਰਾ ਥੁੱਕ ਨਾਲ ਯਾਰ ਜਿਹੜਾ ਨਾਨਾ ਇੱਦਾਂ ਕਿਹਾ ਚੰਗੇ ਭੁੱਲੇ ਸਿਆਣੇ ਬੰਦੇ ਕੋਲ ਫੇਟੀ ਖਾ ਕੇ ਬਾਹਰ ਤੁਰੇ ਆਉਣ ਤੇ ਨਾਲ ਕਹਿੰਦਾ ਕਿਤੇ ਗ੍ਰੀਨ ਟੀ ਨੀ ਨਾ ਨਾਲ। ਖੁਸਰਾ ਸੀ ਤਾਂ ਬੈਂਕ ਚ ਲੱਗ ਗਏ ਤੇ ਬਿੱਲ ਜਮਾ ਵਾਲੀ ਮੋਰ ਤੇ ਘੁੰਗਰੂ ਲਾਇਆ। ਖੁਸਰਾ ਸੀ ਤੇ ਬੈਂਕ ਚ ਲੱਗ ਗਿਆ ਤੇ 900 ਰੁਪਿਆ ਦੇਤਾ ਇੱਕ ਬੰਦੇ ਨੂੰ ਕਾਫੀ। ਖੁਸਰਾ ਸੀ ਬੈਂਕ ਚ ਲੱਗ ਗਿਆ ਇੱਕ ਬੰਦੇ ਦੀ ਬੈਲ ਵੱਜੀ ਆ ਤੇ ਪੈਸੇ ਗਿਣਦਾ ਕਹਿੰਦਾ ਨੱਚਣ ਲੱਗ ਪਿਆ। ਯਾਰ ਖੁਸਰਾ ਸੀ ਬੈਂਕ ਚ ਲੱਗ ਗਿਆ, ਇੱਕ ਟੇਬਲ ਤੋਂ ਉੱਠ ਕੇ ਦੂਸਰੇ ਟੇਬਲ ਤੇ ਸਾਰੇ ਦੇਖਣ ਦੇ ਘੁੰਗਰੂ ਲਾਏ ਨੇ। ਚੰਨ ਚੰਨ ਯਾਰ ਆਪਣੇ ਸ਼ੋਅ ਆਪਣੇ ਮਸ਼ੂਕ ਨੂੰ ਕਹੀ ਜਾਣਾ ਪਹਿਲੀ ਕਮੇਟੀ ਦੀ ਮੈਂ ਤੇਰਾ ਬਾਹਰ ਤੇ ਨਾਲ ਖਾਉਣਾ ਲੱਗਾ। ਖੁਸਰਾ ਸੀ ਤੇ ਬੈਂਕ ਚ ਲੱਗ ਗਿਆ ਤੇ ਉਹ ਕਿਤੇ ਬਿੱਲ ਦਾ ਵਾਧਾ ਘਾਟਾ ਹੋ ਗਿਆ ਤੇ ਉਹਨੂੰ ਭੇਜਣ ਦਾ ਕਹਿੰਦਾ ਉਹ ਸਾਹਮਣੇ ਗੁਰੂ ਕਾ ਕਮਰਾ। ਮੈਨੇਜਰ ਮੈਨੇਜਰ ਨਹੀਂ ਸੀ, ਇੱਕ ਬੰਦਾ ਆਇਆ ਬਿੱਲ ਲਾਉਣ, ਉਹਨੂੰ ਕਹਿਣ ਡਿਆ ਉਹਦਾ 300 ਘੱਟ ਸੀ, ਕਹਿੰਦੇ ਕੋਲੋਂ ਪਾ ਦਈਏ। ਖੁਸਰਾ ਸੀ ਤਾਂ ਬੈਂਕ ਚ ਲੱਗ ਗਿਆ, ਜਵਾਨ ਜਵਾਨ ਬੰਦਿਆਂ ਦੇ ਅਕਾਊਂਟ ਖੋਲੇ ਜਾਂਦੇ। ਖੁਸਰਾ ਜੀ ਤੇ ਮੈਨੇਜਰ ਦੱਸੇ ਜਾ ਕਹਿੰਦਾ ਕੋਈ ਪ੍ਰੋਗਰਾਮ ਹੀ ਬੁੱਕ ਕਰ ਲਿਆ ਕਰ। ਨਹੀਂ ਇੱਕ ਬੰਦਾ ਆਇਆ ਬਿੱਲ ਲਾਉਣ, ਕੋਈ ਸ਼ਾਦੀ ਹੋਈ ਇੱਕ ਬੰਦਾ ਅੱਗੇ ਆਣ ਕੇ ਤੂੰ ਇਹਦੇ ਮੂੰਹ ਤੇ ਗੱਲ ਕਰਨ ਡਿਆ, ਉਹਨੂੰ ਕਹਿੰਦਾ ਵੇ ਪਿੱਛੋਂ ਕੀ ਗੱਲ ਕਰ। ਖੁਸਰਾ ਸੀ ਬੈਂਕ ਚ ਲੱਗ ਗਿਆ ਤੇ ਗਾਨਣ ਗਾਨ ਨਹੀਂ ਨਾ ਬਾਹਰ ਫੜ ਕੇ ਬੈਠਾ, ਤਾਂ ਉਹਨੂੰ ਆਪਣਾ ਮੋਬਾਈਲ ਦੇਣ ਡਿਆ, ਇਹਦੇ ਵਿੱਚ ਗਾਣਾ ਕਰਾ ਕੇ ਲਿਆ ਮੈਂ ਤੇਰੇ ਘਰੇ ਦੀ ਮੱਛੀ ਆ। ਕੈਸ਼ੀਅਰ ਨੂੰ ਵਾਦਾ ਮਾਰ ਮਾਰ ਕੇ ਕਹਿਣ ਡਿਆ ਉਹ ਲੱਖ ਲੱਖ ਵਾਲੀਆਂ ਕਾਪੀਆਂ ਕਿੱਥੇ ਰੱਖੀਆਂ। ਯਾਰ ਖੁਸਰਾ ਜੀ ਕੈਸ਼ੀਅਰ ਲੱਗ ਗਿਆ ਬੈਂਕ ਦੇ ਵਿੱਚ, ਉਹ ਬੈਂਕ ਦੇ ਵਿੱਚ ਸਨਦ ਪਈ ਮਿਲਦੀ ਹੈ ਨਾ, ਔਰ ਸਨਦ ਵੀ ਰੱਖੀ ਨਾਲ ਨੂਰਜਹਾਂ ਦੀ ਫੋਟੋ ਲਾਈ ਗਈ। ਖੁਸਰਾ ਸੀ ਤੇ ਬੈਂਕ ਚੇਂਜ ਹੋ ਗਿਆ ਤੇ ਉਹਨਾਂ ਨੂੰ ਕਹਿੰਦੇ ਆ ਹੁਣ ਮੈਂ ਅਲਫਲਾਹ ਵਾਲਿਆਂ ਦੀ ਚੇਲੀ ਹਾਂ। ਅਲਫਲਾਹ ਵਾਲਿਆਂ ਦੀ ਚੇਲੀ। ਖੁਸਰਾ ਸੀ ਬੈਂਕ ਚ ਲੱਗ ਗਿਆ, ਹੁਣ ਕੈਸ਼ੀਅਰ ਦੇ ਕੋਲੇ ਕੋਈ ਬੰਦਾ ਖਾਵੇ ਨਾ ਕਸਟਮਰ ਕਹਿੰਦੇ ਵੈਲਕਮ, ਕਹਿੰਦਾ ਬਿਸਮਿਲਲਾ। ਇਹ ਵੀ ਖੁਸਰਾ ਸੀ ਤੇ ਬੈਂਕ ਚ ਲੱਗ ਗਿਆ, ਮੈਂ ਕਿਹਾ ਅੱਜ ਕੱਲ੍ਹ ਕਿੱਥੇ ਨਾ ਕਹਿੰਦੇ ਹਬੀਬ ਨਾ। ਨਜ਼ਰ ਨੀ ਕੋਈ ਦੇਣੀ ਸੀਗਾ ਕੈਸ਼ੀਅਰ ਮੈਨੇਜਰ ਨੇ ਕਿਹਾ ਇੱਕ ਬੰਦੇ ਦਾ ਘਰ ਦਾ ਵਿਜ਼ਿਟ ਕਰਕੇ ਆਉਣਾ, ਕਹਿੰਦਾ ਮੈਰਿਜ ਨੇ ਕਹਿੰਦਾ ਕਿਉਂ, ਕਹਿੰਦਾ ਢੋਲ ਕਲਾ ਬਿਮਾਰ ਆ। ਉਹਨੂੰ ਕਹਿੰਦਾ ਏਟੀਐਮ ਚ ਆ ਕੇ ਮੇਰੀ ਗੱਲ ਸੁਣ। ਯਾਰ ਖੁਸਰਾ ਸੀ ਕੈਸ਼ੀਅਰ ਬਣ ਗਿਆ, ਆਪਣੇ ਨਾਮ ਤੇ ਇੱਕ ਸਲੇਟ ਲਾਈ ਮੈਨੇਜਰ ਬਰਾਰ ਚੰਬੇਲੀ। ਖੁਸਰਾ ਸੀਗਾ ਮਿੱਠਾ ਤੇ ਭਾਈ ਕੈਸ਼ੀਅਰ ਲੱਗ ਗਿਆ ਬੈਂਕ ਚ, ਇੱਕ ਬੰਦਾ ਬਿੱਲ ਜਮਾ ਕਰਾ ਕੇ ਗਿਆ ਤੇ ਉਹਦੇ ਪੈਸੇ ਇੱਥੇ ਉਂਗਲ ਚ ਫਸਾਏ। ਖੁਸਰਾ ਸੀ ਤੇ ਬੈਂਕ ਚ ਲੱਗ ਗਿਆ, ਇੱਕ ਬੰਦਾ ਪੈਸੇ ਜਮਾ ਕਰਾਉਣਾ, ਕਹਿੰਦਾ ਤੁਸੀਂ ਉੱਥੇ ਖੜੋ ਮੈਂ ਆਪ ਆਉਂਗਾ। ਖੁਸਰਾ ਸੀਗਾ ਕੈਸ਼ੀਅਰ ਬਣ ਗਿਆ, ਇੱਕ ਬੰਦੇ ਨੂੰ 100 ਘੱਟ ਦਿੱਤਾ, ਕਹਿੰਦਾ ਯਾਰ 100 ਘੱਟ, ਕਹਿੰਦਾ ਅਸੀਂ ਖਾ ਗਏ ਆ ਕਿਤੇ। ਇੱਕ ਬੰਦਾ ਪੈਸੇ ਜਮਾ ਕਰਾਉਣਾ ਤੇ ਉਹਨਾਂ ਨੂੰ ਕਹਿੰਦਾ ਅੰਗੂਠੇ ਲਾ ਦਿਓ, ਕਹਿੰਦਾ ਜੀ ਲਿਆਓ ਦਿਓ ਸਿਆਹੀ ਨੀਲੀ, ਕਹਿੰਦਾ ਨਹੀਂ ਨਹੀਂ ਸੁਰਖੀ ਲਾਉਣੀ ਪੈਣੀ। ਖੁਸਰਾ ਸੀ ਕੈਸ਼ੀਅਰ ਬਣ ਗਿਆ, ਸਹੀ ਤਰ੍ਹਾਂ ਪੈਸੇ ਨਹੀਂ ਗਿਣ ਹੋਏ ਤੇ ਉਹਨਾਂ ਨੂੰ ਕਹਿੰਦਾ ਇੱਕ ਮਿੰਟ
ਬੈਠੇ ਵਿੱਚੋਂ ਲੈਂਸ ਕੱਢ ਕੇ ਲਾ ਰਿਹਾ ਖੁਸਰਾ ਸੀ ਕੈਸ਼ੀਅਰ ਬਣ ਗਿਆ ਸਵੇਰੇ ਸਵੇਰੇ ਆਇਆ ਤੇ ਮੈਨੇਜਰ ਨੇ ਫੜ ਲਿਆ ਮੈਨੇਜਰ ਕਹਿੰਦਾ ਤੂੰ ਖਵਾਜਾ ਸੁਰਾਓ ਕਹਿੰਦਾ ਨਹੀਂ ਮੈਂ ਤੇਰੇ ਕਹਿੰਦਾ ਫਿਰ ਬਿੰਦੀ ਲਾ ਕੇ ਆ खुसरा वा भी जो ना हों मुंशी ओथो इंज करके कप डिग ते अपनी कुर्सी बैठा करे यार एडा बुरा खुसरा सीगा एक कस्टमर आया बड़ा सोहना जवान उन्हें कहता मैं ख्वाजा सुरा नजर आ रही दौरान सारे ड्यूरिंग असी कुछ गल्ला इन्होंने सोचिया मजीद मैं एक वैसे चैलेंज सोचा मदसर साहब जी जी तुसी सारे एडे एक्सपर्ट हो गल हुंदी है कि यह जुगत मेरे हिसाब ने सिचुएशन आ ਕਿਸੇ ਨੂੰ ਵੀ ਗੱਲ ਨੂੰ ਤੁਸੀਂ ਸਿਚੁਏਸ਼ਨ ਨੂੰ ਜਿਹੜਾ ਨਾ ਉਹ ਕ੍ਰੀਏਟ ਕਰਕੇ ਤੇ ਅਗਲੇ ਨੂੰ ਹਸਾਉਣਾ ਤੁਸੀਂ ਇੱਕ ਸਿਚੁਏਸ਼ਨ ਤੇ ਜੁਗਤ ਕਰਨੀ ਯਾਨੀ ਇੱਕ ਉਂਗਲ ਤੇ ਜੁਗਤ ਕਰਨੀ ਚੈਲੰਜ ਆ ਮੈਨੂੰ ਕਿ ਸਾਰਿਆਂ ਨੂੰ ਕਰਨੀ ਇੱਥੇ ਸੁੱਟੀ ਜਾ ਉਂਗਲ ਨਾਲ ਸਲੂਟ ਮਾਰਿਆ ਇੱਕ ਉਂਗਲ ਨਾਲ ਕੈਚ ਫੜਿਆ ਹੁੰਦਾ ਇੱਕ ਉਂਗਲ ਨਾਲ ਪਾਤੀ ਬਣਾਈ ਹੁੰਦੀ ਇੱਕ ਉਂਗਲ ਨਾਲ ਕੀਤਾ ਹੁੰਦਾ ਬਾਏ ਬਾਏ ਉਂਗਲ ਨਾਲ ਤੇ ਨਚਾਣ ਵਾਲਾ 뮤직 ਹੁੰਦਾ ਹੀ अपने उंगल ना भरा जुदा किते अच्छा जी हेलीकॉप्टर 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 के पक्के का डिमर हुंदा हेलीकॉप्टर च बैठा कन्ना ते हेडफोन रखा घोड़े वाली टूप हेलीकॉप्टर चलाउंदा सी ओह बच गया ओहदे पारसे ते करौन पौने बदार आया होया हेलीकॉप्टर दा यूपीएस हुंदा हेलीकॉप्टर लाया आप ड्राइविंग कर चला फड़िया छड़े मैं की होया डर लग हेलीकॉप्टर पखा नहीं पार्सल हो गए तीन पांचर पा ਦਸਰ ਦੇ ਹੈਲੀਕਾਪਟਰ ਦੇ ਪੱਖੇ ਦੇ ਪਰਾਂ ਤੇ ਲਿਖਿਆ ਹੋਇਆ ਅਤੀਆ ਚੌਧਰੀ ਅਫਜ਼ਲ ਹੈਲੀਕਾਪਟਰ ਲਿਆ ਉਹਨੂੰ ਬੁੱਧ ਬਾਜ਼ਾਰ ਦੇ ਵਿੱਚ ਲਾ ਕੇ ਉੱਤੇ ਰੈਡੀਮੇਡ ਸੂਟ ਲਾ ਬਨਾਨਾ ਟੰਗੀ ਹੈਲੀਕਾਪਟਰ ਪੁੱਠਾ ਕਰਕੇ ਦੇਖਦੀ ਹੈ ਹਲੀਮ ਵਾਲੀ ਨੀ ਉਹਦੇ ਵਿੱਚ ਦਿੱਤਾ हेलीकॉप्टर लै लिया तो लैट गई बरात बैठी इंज कंध ना खड़ा करके पखा चलाता हेलीकॉप्टर दे पक्के नूं सिलाई मशीन वाला तेल दे दिया हेलीकॉप्टर लिया तो पुठे काम कर दवाने लिया हेलीकॉप्टर दवाने का हेलीकॉप्टर सटाया मारे कहना जी हेलीकॉप्टर सटाया यार एडा माड़ा हेलीकॉप्टर लिया सवेरे सवेरे उन्हें मुंडे नूं कह रहा मेरा हेलीकॉप्टर कड़ा माड़ा हेलीकॉप्टर लिया कनिया दे कड़ा एडा माड़ा हेलीकॉप्टर लिया चिंग चीना टोचन ला के खिंच
ਏਡਾ ਮਾੜਾ ਹੈਲੀਕਾਪਟਰ ਲੈ ਕੇ ਤੇ ਪਿਛਲੀ ਪੂਛ ਜੀ ਹੈ ਨਹੀਂ ਸੀ ਮਗਰ ਬਾਈ ਬੰਨੀ ਆ ਹੈਲੀਕਾਪਟਰ ਲਈ ਲਿਆ ਇਮਲੀ ਉਹਨਾਂ ਨੇ ਤੇ ਇਹਦੀਆਂ ਬਰਾਸ਼ਾਂ ਪਹਿਲੀ ਪ੍ਰਵਾਸ ਚ ਪਾਟ ਗਈ ਅਗਲਾ ਸ਼ੀਸ਼ਾ ਟੁੱਟਾ ਸੀ ਹੈਲੀਕਾਪਟਰ ਲੈ ਕੇ ਆ ਏਡਾ ਮਾੜਾ ਖਲੋਤਿਆਂ ਖਲੋਤਿਆਂ ਇੰਨੀ ਦੇਰ ਹੋ ਗਈ ਤੇ ਹੈਲੀਕਾਪਟਰ ਥੱਲੇ ਬਿੱਲੀ ਬੱਚੇ ਦੇ ਗਈ ਇੰਨਾ ਮਾੜਾ ਹੈਲੀਕਾਪਟਰ ਆਪਣੀਆਂ ਮੱਝਾਂ ਦੇ ਨਾਲ ਬੰਨਦਾ ਉਹਨਾਂ ਨੂੰ ਹੈਲੀਕਾਪਟਰ ਮਿੱਠੇ ਹੁਣ ਲਿਆ ਵਾ ਉਹ ਮਾੜੀ ਤੋਂ ਮਾੜੀ ਛੱਤ ਵੀ ਖਿਲਾਰ ਸਕਦੇ ਮਾੜੀ ਬਿਲਕੁਲ ਕੱਖਾਂ ਨੀ ਹੈਲੀਕਾਪਟਰ ਦੇ ਪੱਕੇ ਦੇ ਬੈਰਿੰਗ ਖਰਾਬ ਹੋ ਗਏ ਤੇ ਪੰਪ ਵਾਲੇ ਕੋਲ ਬੈਰਿੰਗ ਪਾਉਣ ਦਿਆ ਉਹਦੇ ਇਹਦਾ ਮਾੜਾ ਹੈਲੀਕਾਪਟਰ ਇਹਦੇ ਬਿਨ ਕਿਤੇ ਜਾਣਾ ਸੀ ਕਹਿੰਦਾ ਹੈਲੀਕਾਪਟਰ ਤੇ ਜਾਣੇ ਦਾ ਬਾ ਕਹਿੰਦਾ ਨਹੀਂ ਪੁੱਤ ਮੈਂ ਤੇਰਾ ਜਲਦੀ ਜਾਣਾ ਅੱਛਾ ਹੈਲੀਕਾਪਟਰ ਐਡਾ ਮਾੜਾ ਲੈ ਉੱਡੇ ਨਾ ਗੁੱਸੇ ਜਾ ਕੇ ਥੱਲੇ ਆ ਗਏ ਤੇ ਟਾਇਰਾਂ ਤੇ ਦੰਦੀਆਂ ਵੱਟ ਮਿੱਠੇ ਨੇ ਐਡਾ ਮਾੜਾ ਹੈਲੀਕਾਪਟਰ ਲਿਆਂਦਾ ਉਹਨੂੰ ਧਵਾਣ ਲੈ ਗਿਆ ਉਹਨਾਂ ਨੇ ਲਿਫਟ ਤੇ ਰੱਖ ਕੇ ਤਾਂ ਉਹਨੂੰ ਚੁੱਕਿਆ ਤੇ ਕਹਿੰਦਾ ਅੱਜ ਇੰਨਾ ਉੱਚਾ ਗਿਆ ਹੈਲੀਕਾਪਟਰ ਉੱਡਦੇ ਸਾਰੇ ਘਰ ਦੇ ਪਿੱਛੇ ਕੋਲ ਫੂਕਾ ਮਾਰਨ ਦੇ ਹੈਲੀਕਾਪਟਰ ਏਡਾ ਮਾੜਾ ਲਿਆਂਦਾ ਕਿਸੇ ਨੂੰ ਵਿਖਾਉਣ ਡਿਆ ਕਹਿੰਦਾ ਵੇਖੋ ਬਾਡੀ ਦਾ ਚੈੱਕ ਕਰੋ ਤੇ ਉਂਗਲ ਲੰਘ ਗਈ ਬਾਡੀ ਦੇ ਵਿੱਚ ਉਂਗਲ ਲੰਘ ਗਈ ਚੱਲ ਤੋ ਹੈਲੀਕਾਪਟਰ ਏਡਾ ਮਾੜਾ ਲਿਆਂਦਾ ਪਿੱਛੋਂ ਉਹਨੇ ਇੰਜ ਕਰਕੇ ਹੱਥ ਲਾਇਆ ਵਾ ਤੇ ਉਹ ਥੱਲੇ ਨੂੰ ਆ ਗਿਆ ਹੈਲੀਕਾਪਟਰ ਦਾ ਦਰਵਾਜ਼ਾ ਟੁੱਟ ਗਿਆ ਆਪਣੇ ਘਰ ਦੇ ਬਾਥਰੂਮ ਦਾ ਰਾਗ ਉਹਨੂੰ ਲਾਤਾ ਕੱਲ ਹੁਣ ਏਡਾ ਮਾੜਾ ਲੈ ਹੈਲੀਕਾਪਟਰ ਕਹਿੰਦਾ ਯਾਰ ਉੱਡਣ ਦਿਆ ਤੇ ਕਹਿੰਦਾ ਹੁਣ ਕੋਈ ਤਾੜੀ ਨਾ ਮਾਰੇ ਇਹਨੇ ਡਿੱਗਣ ਮਿੱਠੇ ਹੁਣੀ ਏਡਾ ਮਾੜਾ ਹੈਲੀਕਾਪਟਰ ਲੈ ਕੇ ਸੱਜ ਸਟਾਰਟ ਨਹੀਂ ਉੱਡਦੇ ਚੋਕ ਲੱਭਣ ਡਿਆ ਸਾਰਾ ਟੱਪ ਯਾਰ ਏਡਾ ਹੈਲੀਕਾਪਟਰ ਉੱਡ ਗਿਆ ਯਾਰ ਹੈਲੀਕਾਪਟਰ ਏਡਾ ਮਾੜਾ ਸੀ ਉੱਡ ਗਿਆ ਤਾਂ ਉਹਨੂੰ ਤੇ ਹੁਣ ਉੱਤੇ ਜਾ ਕੇ ਪਤਾ ਲੱਗਾ ਖਰਾਬ ਹੋ ਗਿਆ ਤੇ ਹੁਣ ਉਹ ਨਸੀ ਹੈ ਕੀ ਕਹਿੰਦੇ ਨੇ ਆਹੋ ਪੈਰਾਸ਼ੂਟ ਨਸੀ ਹੈ ਤੇ ਪਿੱਛੋਂ ਇੰਜ ਨੀ ਉਹ ਜਿਹੜੀ ਚੁੰਨੀ ਫੜ ਗਿਆ ਤੂੰ ਜਾਲ ਮਾਰਨ ਡਿਆ ਲੱਤਾਂ ਤਾਂ ਚੜ ਗਈ ਅਮੂਰ ਛੋਟਾ ਹੋ ਗਿਆ ਏਡਾ ਮਾੜਾ ਹੈਲੀਕਾਪਟਰ ਲੈ ਆਂਦਾ ਤੇ ਉਹ ਖਰਾਬ ਹੋ ਗਿਆ ਕਿਤੇ ਚੱਲੇ ਹੀ ਨਾ ਉਹਦੇ ਥੱਲੇ ਫੱਟਾ ਲਵਾ ਕੇ ਉਹਦੀ ਕਿਸ਼ਤੀ ਬਣਾ ਕੇ ਰੇੜ ਹੈਲੀਕਾਪਟਰ ਦੇ ਡਰਾਈਵਰ ਸੀ ਨੀ ਉੱਥੇ ਨਿਊ ਖਾਨ ਵਾਲਾ ਬਕਸੇ ਲੱਗਾ ਹਾਰਨਾ ਹੈਲੀਕਾਪਟਰ ਲੈ ਕੇ ਕਾਲੂ ਕਿਤੇ ਚੱਲਾ ਤੇ ਇਹਦਾ ਬੁੜਾ ਕਹਿੰਦਾ 4 ਵਜੇ ਆ ਜੀ ਫਿਰ ਇਹ ਚ ਟਿਊਸ਼ਨ ਵੀ ਪੜਾਣਾ ਬੱਚੇ ਦਾ ਇਹਨਾਂ ਦਾ ਹੈਲੀਕਾਪਟਰ ਉੱਡ ਦੌੜ ਦੇ ਮਾੜਾ ਜਿਹਾ ਹੋਇਆ ਮੈਂ ਕਿਹਾ ਇਹ ਕਰਨ ਡਿਆ ਕਹਿੰਦਾ ਉਲਟੀ ਕਰਾਉਣ ਡਿਆ ਇਹਦਾ ਹੈਲੀਕਾਪਟਰ ਉੱਡ ਦੌੜ ਮਾੜਾ ਇੰਜ ਹੋਇਆ ਮੈਂ ਕਿਹਾ ਕੀ ਕਹਿੰਦਾ ਝਾੜੀਏ ਵੀ ਨਾ ਹੈਲੀਕਾਪਟਰ ਥੋੜਾ ਤਾਂ ਡਾਇਆ ਵਾ ਤੇ ਗੰਨਾ ਕੱਢ ਲਿਆ ਦੋਵਾਂ ਭਰਾ ਮੈਂ ਕਿਹਾ ਕੀ ਕਹਿੰਦਾ ਮੱਛਰ ਆਉਣ ਡਿਆ ਕੱਲੂ ਹੈਲੀਕਾਪਟਰ ਡਰ ਲੱਗਾ ਕਹਿੰਦਾ ਮੈਂ ਉੱਤੇ ਜਾ ਕੇ ਪੌੜੀ ਸੁੱਟਾਂਗਾ ਤੂੰ ਬੂੜੇ ਦੀ ਧੌਣ ਚ ਪਾ ਦੇ ਮਿੱਠੇ ਨੇ ਏਡਾ ਮਾੜਾ ਹੈਲੀਕਾਪਟਰ ਲਿਆ ਹਾਲੇ ਉੱਡਣ ਨੀ ਲੱਗਾ ਵਾ ਤੇ ਮਿੱਠਾ ਹੈਲੀਕਾਪਟਰ ਚ ਬੈਠਾ ਖੜਾ ਅੱਬੂ ਜਿਹਾ ਪੈਰ ਤਾਂ ਚੁੱਕੋ ਤਰਾ ਬਸ ਕਰਦੇ ਖੁੱਡੇ ਚ ਗਵਾਲ ਡੱਕੇ ਹੁੰਦੇ ਮੈਂ ਗੱਲ ਆ ਜਨਾਬ ਮੈਂ ਵੀ ਇਹੀ ਗੱਲ ਕੀਤੀ ਚੋਰ ਨਾ ਬਹਿ ਕੇ ਪੀਜ਼ਾ ਖਾਧਾ ਚਿਮਟੇ ਨਾਲ ਫਿਸ਼ਲ ਕੀਤਾ ਹੁੰਦਾ ਮਰੇ ਮੇਰੀ ਵੀ ਗੱਲ ਸੁਣ ਲਾ ਕੀ ਹੋ ਗਿਆ ਕਾਂਟੀ ਨਾਲ ਟੈਂਟਾ ਮਾਰਿਆ ਓਏ 5 ਮਿੰਟ ਦਾ ਮਰਾਸੀ ਹੁੰਦਾ ਈ ਓਏ ਇਮਲੀ ਦੇ ਬੰਨ ਜਲਾਲ ਫਾਂਸੀ ਦੇਣਗਾ ਜਲਾਲ ਜਾ ਕੇ ਟਿਆਲਾ ਮੈਂ ਵਾਲਾ ਕੰਮ ਨਾ ਕਰੀ ਇਮਲੀ ਦਾ ਬੂਫੋਤ ਹੋ ਗਿਆ ਤੇ ਉਹਦੇ ਨਾਲ ਬਹੁਤ ਨਾਲ ਹੀ ਮੁਨਾਫਕਤ ਕਰੀ ਜਾਵੇ ਤੇ ਇੱਕ ਬੰਦਾ ਦੁਆ ਕਰਨਾ ਯਾ ਅੱਲਾ ਪਾਕ ਉਹਨੂੰ ਜੰਨਤ ਚ ਤੇ ਆਮ ਹੀ ਨਹੀਂ ਕਹਿਣ ਡਿਆ
जला फांसी डेमिनोज के दो पीदे लार्ज कर लेंगे रांझा बनने का शौक से खुसरे ने कहना चल पावे ना सस बंदी होंगी मेरी सुन लिया कर गल की यार मतलब लै सॉरी जनाब खुसरे सिर ते रोटी खाती होती अफसोस किया हों चलो ना अबे नूं फांसी सी क्यों कहिंदा तैनूं पता तैनूं कदों फांसी कहिंदा तुसीं बस क्यों देना तुस मारे क्यों कल दी मशहूर कहिंदी कहिंदी मैनूं मोबाइल लै दे बसाखी वाले भाई नूं लक ते चढ़ी ਵੱਡਾ ਕਿਸ਼ਤੀ ਨੇ ਕੁਛਤਾ ਨੀ ਬੈੜਾ ਚੱਲਦਾ ਗਿੱਲੇ ਕੱਪੜੇ ਲਾਇਆ ਕਹਿੰਦਾ ਝੂਠਾ ਲੈਣਾ ਕਹਿੰਦਾ ਨਹੀਂ ਆ ਸਿਖਾ ਦਿਓ ਯਾਰ ਬੁਰੇ ਟੱਬਰ ਦੇ ਕੱਪੜੇ ਬੈੜਾ ਝੂਠਾ ਲਈਦਾ ਮੰਨ ਗਿਆ ਮੈਨੂੰ ਪਤਾ ਮੰਨ ਗਿਆ शेरानी कलोनी तेरी तबीयत कुटे ढुडी वाले जाके इंजन पर मैं ढुडी अच्छे उन्हां लई तुसीं स्पेशल कमेंट्स कर सकते हो अपना बहुत सारा ख्याल रखना पाकिस्तान जिंदाबाद।